ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਦਵਿੰਦਰ ਮੰਡਸ ਇਸ ਵਕਤ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਹਾਂ। ਤਾਂ ਰਿਆਤ ਬਾਹਰਾ ਜਿਹੜੀ ਯੂਨੀਵਰਸਿਟੀ ਉਹਦੇ ਬਿਲਕੁਲ ਬਾਹਰ ਹੈ, ਜਿੱਥੇ ਕਿ ਅੱਜ ਹੁਸ਼ਿਆਰਪੁਰ ਤੋਂ ਜਿਹੜੀਆਂ ਸੀਟਾਂ ਸਨ, 4 ਸੀਟਾਂ, ਸੋ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਦਾ ਨਤੀਜਾ ਅੱਜ 4 ਜੂਨ ਨੂੰ ਆਉਣ ਵਾਲਾ ਹੈ। ਸੋ ਤਿਆਰੀਆਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਬਾਹਰ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ। ਸੋ ਸਵੇਰ ਤੋਂ ਹੀ ਇੱਥੇ ਜਿਹੜੇ ਲੋਕ ਆਉਣੇ ਸ਼ੁਰੂ ਹੋ ਗਏ ਸਨ, ਤਾਂ ਜਿਹੜੇ ਉਮੀਦਵਾਰ ਨੇ ਲੋਕ ਸਭਾ ਸੀਟ ਤੋਂ ਹੁਸ਼ਿਆਰਪੁਰ ਦੇ ਜਿਹੜੇ ਉਮੀਦਵਾਰ ਨੇ, ਉਹਨਾਂ ਦੇ ਤੁਹਾਨੂੰ ਇੱਕ ਵਾਰੀ ਨਾਮ ਦੱਸ ਦਿੰਦੇ ਹਾਂ। ਸੋ ਸਭ ਤੋਂ ਪਹਿਲਾਂ ਗੱਲ ਕਰੀਏ ਅਕਾਲੀ ਦਲ ਦੀ, ਸੋਹਣ ਸਿੰਘ ਠੰਡਲ ਜੋ ਅਕਾਲੀ ਦਲ ਤੋਂ ਇੱਥੇ ਉਮੀਦਵਾਰ ਨੇ ਲੋਕ ਸਭਾ ਸੀਟ ਤੋਂ। ਤਾਂ ਦੂਜੇ ਨੰਬਰ 'ਤੇ ਨੇ ਕਾਂਗਰਸ ਪਾਰਟੀ ਤੋਂ ਯਾਮਨੀ ਗੋਮਰ, ਸੋ ਇਹ ਵੀ ਕਾਂਗਰਸ ਪਾਰਟੀ ਤੋਂ ਇੱਥੇ MP ਦੀ ਸੀਟ ਤੋਂ ਖੜ੍ਹੇ ਨੇ। ਤਾਂ ਜੇ ਹੁਣ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ, ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਰਾਜ ਕੁਮਾਰ ਚੱਬੇਵਾਲ, ਜੋ ਕਿ ਬੜਾ ਟੱਕਰ ਦਾ ਮੁਕਾਬਲਾ ਇਹਨਾਂ ਦੇ ਵਿੱਚ ਸੀਗਾ 4 ਸੀਟਾਂ ਦੇ ਵਿੱਚ। ਸੋ ਚੌਥੀ ਸੀਟ ਦੀ ਗੱਲ ਕਰੀਏ BJP ਵੱਲੋਂ ਅਨੀਤਾ ਸੋਮ ਪ੍ਰਕਾਸ਼ ਜੀ ਦੀ ਜਿਹੜੇ ਵਾਈਫ ਨੇ, ਸੋ ਬੜਾ ਟੱਕਰ ਦਾ ਮੁਕਾਬਲਾ ਇਹਨਾਂ 4 ਸੀਟਾਂ ਦੇ ਵਿਚਕਾਰ। ਸੋ ਦੇਖਣਾ ਇਹ ਹੋਵੇਗਾ ਕਿ 4 ਦੇ ਵਿੱਚੋਂ ਕੌਣ ਬਾਜ਼ੀ ਮਾਰਦਾ ਅੱਜ, ਕਿਹੜੀ ਪਾਰਟੀ ਜਿਹੜੀ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਜਿਹੜੀ ਸੀਟ ਹੈ ਉਹ ਲੈ ਕੇ ਜਾਂਦੀ। ਤੇ ਹੁਸ਼ਿਆਰਪੁਰ ਦੀ ਜੇ ਗੱਲ ਕਰੀਏ ਕਿ ਪੂਰੇ ਪੰਜਾਬ ਦੀ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਹੁਸ਼ਿਆਰਪੁਰ ਦੀ, ਤਾਂ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਚੋਣ ਹੋਈ ਹੈ 58.86% ਜਿਹੜੀ ਵੋਟਿੰਗ ਹੋਈ ਹੈ। ਤਾਂ ਇਸ ਵਕਤ ਇੱਕ ਵਾਰੀ ਫਿਰ ਮੈਂ ਚਾਹੁੰਦਾ ਕੈਮਰਾਮੈਨ ਨੂੰ ਕਿ ਕੈਮਰਾ ਇੱਕ ਵਾਰੀ ਸਾਰੇ ਪਾਸੇ ਇੱਕ ਵਾਰੀ ਘੁਮਾਇਆ ਜਾਵੇ। ਲੋਕ ਜਿਹੜੇ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਗਏ ਨੇ, ਸੋ ਕਾਫੀ ਟੱਕਰ ਦਾ ਮੁਕਾਬਲਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਦੇਖਣ ਨੂੰ ਮਿਲੇਗਾ। ਰਾਜ ਕੁਮਾਰ ਚੱਬੇਵਾਲ ਜੀ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀਗੇ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ, ਤਾਂ ਇੱਕ ਬਹੁਤ ਵੱਡਾ ਇੱਕ ਟੱਕਰ ਦਾ ਮੁਕਾਬਲਾ ਹੈ। ਸੋ ਕੁਝ ਲੋਕ ਵੀ ਇੱਥੇ ਪਹੁੰਚਣ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜੀ, ਕੀ ਲੱਗਦਾ ਜੀ ਅੱਜ ਕਿਹੜਾ ਕੈਂਡੀਡੇਟ ਬਾਜ਼ੀ ਮਾਰੇਗਾ? ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਰਾਹੀਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਜੀ। ਜੈ ਹਿੰਦ। ਦੇਖੋ, ਭਾਰਤੀ ਜਨਤਾ ਪਾਰਟੀ ਨੇ ਤਰੱਕੀ ਕੀਤੀ ਦੇਸ਼ ਦੀ ਜੀ। ਭਾਰਤੀ ਜਨਤਾ ਪਾਰਟੀ ਨੇ ਅਨੁਸ਼ਾਸਨ ਦੇ ਤਹਿਤ ਕੰਮ ਕੀਤਾ ਹੈ। ਸੋ ਭਾਰਤੀ ਜਨਤਾ ਪਾਰਟੀ ਸਾਡੇ ਸਤਿਕਾਰਯੋਗ ਭੈਣ ਜੀ ਅਨੀਤਾ ਸੋਮ ਪ੍ਰਕਾਸ਼ ਜੀ ਜਿੱਤਣਗੇ ਜੀ, ਸਾਨੂੰ ਇਸ ਦੀ ਉਮੀਦ ਹੈ ਕਿ ਪਰਮਾਤਮਾ ਦੀ ਕਿਰਪਾ ਜੀ। ਕਾਫੀ ਟੱਕਰ ਦਾ ਮੁਕਾਬਲਾ ਸੀਗਾ। ਦੇਖੋ, ਮੁਕਾਬਲਾ ਤਾਂ ਆਪਣੀ ਵੀ ਲੇਨ 'ਚ ਤਾਂ ਹਰ ਕਿਨੇ ਦੌੜਨਾ ਹੀ ਹੁੰਦਾ, ਆਪਣੀ ਵੀ ਲੇਨ ਵਿੱਚ ਬੰਦਾ ਕੰਮ ਕਰਦਾ, ਅਸੀਂ ਕੰਮ ਦੇ ਆਧਾਰ 'ਤੇ ਵੋਟ ਮੰਗ ਰਹੇ ਹਾਂ ਜੀ। ਠੀਕ ਹੈ ਜੀ। ਇੱਥੇ ਦੇਖੋ, ਗੁਰੂ ਥਾਮਾ ਦੇ ਵਿੱਚ ਜੋ ਮੋਦੀ ਸਾਹਿਬ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਉਹ ਸਾਡੇ ਵਾਸਤੇ ਬਹੁਤ ਅਹਿਮ ਹੈ। ਖੁੱਲ੍ਹੇ ਦਰਸ਼ਨ ਦੇ ਆਧਾਰ 'ਤੇ ਸੇਵਾ ਸੰਭਾਲਦਾ ਨੇ, ਖਾਲਸਾ ਜੀ ਨੂੰ ਬਖਸ਼ੋ। ਉਸ ਤੋਂ ਇਲਾਵਾ ਜਿਹੜਾ ਵੀਰਬਾਲ ਦਿਵਸ ਹੈ ਉਹ ਸਾਡੇ ਸਿੱਖਾਂ ਦੀ ਆਸਥਾ ਹੈ ਜੀ। ਸੋ ਇਸ ਤਰ੍ਹਾਂ ਦੀਆਂ ਜੋ ਕਰਮ ਕੰਮ ਹੋਏ ਨੇ ਸਾਰੇ ਮਤਲਬ ਦੇਸ਼ ਨੂੰ ਤਰੱਕੀ ਤੋਂ ਲਿਜਾਂਦੇ ਨੇ। 5ਵੇਂ ਨੰਬਰ 'ਤੇ ਉੱਪਰ ਅਰਥ ਵਿਵਸਥਾ ਸਾਡੇ ਦੇਸ਼ ਜੀ ਜੀ। 4ਵੇਂ ਨੰਬਰ 'ਤੇ ਸਟੋਕ ਵਿੱਚ ਹੋ ਗਏ ਆਪਾਂ, 3ਵੇਂ ਨੰਬਰ 'ਤੇ ਆਟੋਮੋਬਾਈਲ ਹੱਬ ਆ, 2ਵੇਂ ਨੰਬਰ 'ਤੇ ਅਸੀਂ ਮੋਬਾਈਲ ਹੱਬ ਆ, ਔਰ 1ਵੇਂ ਨੰਬਰ 'ਤੇ ਦੇਸ਼ ਵਿਕਸਿਤ ਕੰਟਰੀਆਂ ਦੇ ਵਿੱਚ ਸਭ ਤੋਂ 1ਵੇਂ ਨੰਬਰ 'ਤੇ ਇਨਫਰਾਸਟ੍ਰਕਚਰ ਦਾ ਫੰਡ ਜਿਹੜਾ 1ਵੇਂ ਨੰਬਰ 'ਤੇ ਜੀ ਜੀ। ਤਾਂ ਇੱਕ ਵਾਰ ਤੁਹਾਨੂੰ ਫਿਰ ਜਿਹੜਾ ਕੈਮਰਾ ਮਾਰ ਕੇ ਦਿਖਾ ਦਿੰਦੇ ਹਾਂ, ਅਤੇ ਜੇ ਗੱਲ ਕਰੀਏ ਸੀਟ 'ਤੇ 16,43,000 ਵੋਟਰ ਸਨ, ਤਾਂ ਜਿਨ੍ਹਾਂ ਦੇ ਵਿੱਚੋਂ 8,30,000 ਜਿਹੜੇ ਮਰਦ ਨੇ। ਸੋ ਉਸ ਤੋਂ ਬਾਅਦ ਜੇ ਗੱਲ ਕਰੀਏ ਜਿਹੜੀਆਂ ਔਰਤਾਂ ਨੇ, 7,69,946 ਜਿਹੜੀਆਂ ਮਹਿਲਾ ਵੋਟਰ ਸਨ। ਤਾਂ ਜੇ ਟਰਾਂਸਜੈਂਡਰ ਦੀ ਗੱਲ ਕਰੀਏ ਤਾਂ 43 ਟਰਾਂਸਜੈਂਡਰ ਮੌਜੂਦ ਸਨ। ਸੋ ਜਿਹੜਾ ਮੁੱਖ ਮੁਕਾਬਲਾ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ ਸੋਮ ਪ੍ਰਕਾਸ਼ ਜੀ ਦੀ ਜਿਹੜੀ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਵਿੱਚ, ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸਨ ਡਾਕਟਰ ਰਾਜ ਕੁਮਾਰ ਚੱਬੇਵਾਲ, ਇਹਨਾਂ ਦੇ ਵਿੱਚ, ਅਤੇ ਕਾਂਗਰਸ ਦੀ ਜਿਹੜੀ ਕਾਂਗਰਸ ਦੇ ਜਿਹੜੇ ਯਾਮਿਨੀ ਗੋਮਰ, ਅਤੇ ਉਸ ਤੋਂ ਬਾਅਦ ਗੱਲ ਕਰੀਏ ਅਕਾਲੀ ਦਲ ਦੇ ਸੋਹਣ ਸਿੰਘ ਠੰਡਲ, ਇਹਨਾਂ 4 ਦੇ ਵਿਚਕਾਰ ਕਾਫੀ ਤਕੜਾ ਮੁਕਾਬਲਾ ਹੈ। ਸੋ ਸਵੇਰ ਤੋਂ ਜਿਹੜੇ ਲੋਕ ਆਉਣੇ ਸ਼ੁਰੂ ਹੋ ਗਏ ਨੇ, ਸੋ
ਉਸ ਤੋਂ ਬਾਅਦ ਜਿਹੜੀ ਥੋੜੇ ਸਮੇਂ ਦੇ ਵਿੱਚ ਗਿਣਤੀ ਸ਼ੁਰੂ ਹੋ ਜਾਏਗੀ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਰੂਬਰੂ ਹੁੰਦੇ ਆ ਕਿ ਕਿਹੜੀ ਸੀਟ ਜਿਹੜਾ ਕਿਹੜਾ ਜਿਹੜਾ ਕੈਂਡੀਡੇਟ ਆ ਉਹ ਅੱਗੇ ਜਾ ਰਿਹਾ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ੍ਰੀ ਅਕਾਲ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।